ਆਵਾਜਾਈ ਦਾ ਹੋਰ ਸਾਧਨ ਨਾ ਹੋਣ ਕਾਰਨ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਠੂਠਿਆਂਵਾਲੀ ਤੋਂ ਕੁਝ ਕਿਲੋਮੀਟਰ ਦੂਰ ਪਿੰਡ ਪੈਣੀ ਬਾਗਾ ਵਿਖੇ 10ਵੀਂ ਕਲਾਸ ਦਾ ਪੇਪਰ ਦੇਣ ਜਾ ਰਹੇ 4 ਵਿਦਿਆਰਥੀਆਂ ਨੂੰ ਟਰਾਲੇ ਦੀ ਫੇਟ ਲੱਗੀ ਤੇ ਵਿਦਿਆਰਥੀ ਸੜਕ ਤੇ ਡਿੱਗ ਕੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਪਿੰਡ ਨਿਵਾਸੀਆਂ ਵੱਲੋਂ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਜਗਸੀਰ ਸਿੰਘ ਅਤੇ ਮੱਖਣ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਬੱਸ ਨਹੀਂ ਰੁਕਦੀ ਜਿਸ ਕਾਰਨ ਬੱਚੇ ਵਾਹਨਾਂ ਪਿੱਛੇ ਲਟਕ ਕੇ ਸਕੂਲ ਜਾਂਦੇ ਹਨ ਅਤੇ ਅੱਜ ਵੀ ਇਹ ਬੱਚੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਪੈਣੀ ਬਾਗਾ ਪੇਪਰ ਦੇਣ ਜਾ ਰਹੇ ਸਨ ਅਤੇ ਰਸਤੇ ਵਿੱਚ ਪੈਟਰੋਲ ਪੰਪ ਦੇ ਨਜ਼ਦੀਕ ਟਰਾਲੇ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਬੱਚੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਇਹਨਾਂ ਨੂੰ ਇਲਾਜ ਦੇ ਲਈ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਕੀ ਕਹਿਣਾ ਸੀ ਬੱਚਿਆਂ ਦੇ ਮਾਪਿਆਂ ਦਾ ਆਓ ਸੁਣਦੇ ਹਾਂ ਬੱਚੇ ਇੱਥੋਂ ਜੀ ਪੇਪਰ ਦੇਣ ਜਾਂਦੇ ਸੀਗੇ ਚਾਰ ਜਣੇ ਬੈਠ ਗਏ ਮੋਟਰਸਾਈਕਲ 'ਤੇ ਆਪਦਾ ਸਾਧਨ ਲੈ ਕੇ ਜਾਂ ਸਾਧਨ ਹੋਰ ਕੋਈ ਰੁਕਦਾ ਨਹੀਂ ਸਾਡੇ ਅਤੇ ਨਾ ਹੀ ਕੋਈ ਉਪਰਾਲਾ ਕੀਤਾ ਗਿਆ ਸਰਕਾਰ ਤੁਹਾਨੂੰ ਪਤਾ ਹੈ ਬੱਸਾਂ ਲਾਈਆਂ ਹੋਈਆਂ ਨੇ ਬੱਸ 'ਚ ਕੋਈ ਰੁਕ ਨਹੀਂ ਰਹੀ ਤਾਂ ਕਰਕੇ ਆਪਾਂ ਉਹਦਾ ਮੋਟਰਸਾਈਕਲ ਲੈ ਕੇ ਜਾਂਦੇ ਸੀ ਕਿ ਗਾਹਾਂ ਟਰੱਕ ਦੇ ਫੇਟ ਲੱਗ ਗਈ ਜਿਹਨਾਂ ਨੂੰ ਉਹਦੇ ਨਾਲ ਜੀ ਤੁਹਾਨੂੰ ਪਤਾ ਹੈ ਡਿੱਗ ਪਏ ਅਤੇ ਸੱਟਾਂ ਲੱਗ ਗਈਆਂ ਜਿਹਨਾਂ ਦੇ ਅੱਜ ਅਸੀਂ ਹਸਪਤਾਲ ਦੇ ਵਿੱਚ ਲੈ ਕੇ ਆਏ ਜੀ ਬੱਚਿਆਂ ਦੇ ਸਕੈਨ ਕਰਾ ਰਹੇ ਹਾਂ ਪਤਾ ਲੱਗੂ ਜੀ ਕਿੰਨੀ ਕੁ ਸੱਟ ਹੈ ਕਿੰਨੀ ਸਾਡੇ ਪਿੰਡ ਪਹਿਲਾਂ ਤੋਂ ਹੀ ਬੱਸ ਨਹੀਂ ਖੜ੍ਹਦੀ ਬੱਚਿਆਂ ਦੀ ਮਜਬੂਰੀ ਹੈ ਕਦੇ ਟਰਾਲੀ ਮਗਰ ਲਮਕੀ ਜਾਂਦੇ ਕਿਤੇ ਕਿਵੇਂ ਜਾਂਦੇ ਆ ਜੀ ਅੱਜ ਪਹਿਲਾ ਪੇਪਰ ਸੀ ਜੀ 10ਵੀਂ ਕਲਾਸ ਦਾ ਬੱਚੇ ਪੇਪਰ ਦੇਣ ਜਾ ਰਹੇ ਸੀਗੇ ਜਦੋਂ ਬੱਸ ਨਹੀਂ ਰੁਕਦੇ ਤਾਂ ਉਹ ਮਜਬੂਰੀ 'ਚ ਮੋਟਰਸਾਈਕਲ ਲੈ ਗਏ ਜੀ ਰਾਸਤੇ ਵਿੱਚ ਪੈਟਰੋਲ ਪੰਪ ਕੋਲ ਜੀ ਘੋੜੇ ਨੇ ਟੱਕਰ ਮਾਰੀ ਉਹਨਾਂ ਨੂੰ ਅਤੇ ਬੱਚੇ ਜ਼ਖਮੀ ਹੋ ਗਏ ਬਹੁਤ ਭੈੜੀ ਹਾਲਤ 'ਚ ਜ਼ਖਮੀ ਹੈ ਜੀ ਹੁਣ ਸਿਵਲ ਹਸਪਤਾਲ ਮਾਨਸਾ 'ਚ ਜੀ ਇਸ ਦੇ ਨਾਲ ਨਾਲ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਵਿਦਿਆਰਥੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਡਾਕਟਰ ਵਿਲੀਅਮ ਮੱਟੂ ਨੇ ਦੱਸਿਆ ਕਿ ਸਾਡੇ ਕੋਲ ਇੱਕ ਐਕਸੀਡੈਂਟ ਦਾ ਕੇਸ ਆਇਆ ਹੈ ਜਿਸ ਵਿੱਚ 4 ਬੱਚੇ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਜਾਰੀ ਹੈ ਕੁਝ ਬੱਚਿਆਂ ਦੇ ਫ੍ਰੈਕਚਰ ਤੇ ਸਿਰ ਤੇ ਸੱਟਾਂ ਵੀ ਲੱਗੀਆਂ ਹਨ ਜਿਸ ਬਾਰੇ ਟੈਸਟਾਂ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਸਰ 4 ਬੱਚੇ ਨੇ ਐਕਸੀਡੈਂਟ ਕੇਸ ਆਇਆ ਹੈ ਫਿਲਹਾਲ ਉਹਨਾਂ ਦਾ ਇਲਾਜ ਚੱਲਿਆ ਕੁਛ ਦੇ ਵਿੱਚ ਫ੍ਰੈਕਚਰ ਵੀ ਹੈ ਅਤੇ ਸਿਰ ਦੀਆਂ ਸੱਟਾਂ ਵੀ ਉਹ ਟੈਸਟਾਂ ਤੋਂ ਬਾਅਦ ਪਤਾ ਚੱਲੇਗਾ ਕਿ ਕਿਵੇਂ ਦੀ ਕਿਹਦੀ ਕੰਡੀਸ਼ਨ ਹੈ ਫਿਲਹਾਲ ਜੋ ਫਸਟ ਏਡ ਹੋ ਸਕਦੀ ਸੂਚਨਾ ਵਗੈਰਾ ਸੀ ਉਹ ਅਸੀਂ ਕਰਤੀ ਹੈ ਹੁਣ ਇਹਨਾਂ ਦੇ ਅੱਗੇ ਟੈਸਟ ਕਰਵਾਉਣ ਵਾਸਤੇ ਅਸੀਂ ਭੇਜ ਰਹੇ ਹਾਂ ਸਕੈਨਸ ਪੰਜਾਬ ਦੇ ਲਈ ਮਾਨਸਾ ਤੋਂ ਭੀਸ਼ਮ ਗੋਇਲ ਦੀ ਰਿਪੋਰਟ ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ ਤੇ ਸੈਟਲ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਸਟੂਡੈਂਟ ਵੀਜ਼ਾ ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤੁਸੀਂ ਹੇਠ ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ हर खबर दी ताज़ा अपडेट जानने दे लई साडे YouTube चैनल नू सब्सक्राइब करो अते Facebook पेज नू लाइक अते शेयर करो।